ਦੋ ਧਿਰਾਂ ਵਿਚਕਾਰ ਹੋਈ ਝਪਟ। ਫਿਰੋਜ਼ਪੁਰ ਦੇ ਜੀਰਾ ਕਸਬੇ ਵਿੱਚ ਦੋ ਧਿਰਾਂ ਵਿਚਕਾਰ ਝਪਟ ਹੋਈ। ਇਹ ਝਪਟ ਕਲੋਕ ਟਾਵਰ ਚੌਂਕ ਉੱਤੇ ਹੋਈ, ਜਿੱਥੇ ਦੋ ਧਿਰਾਂ ਵਿਚਕਾਰ ਨਾਮਜ਼ਦਗੀ ਭਰਨ ਤੋਂ ਬਾਅਦ ਇਹ ਝਪਟ ਹੋਈ। ਇਸ ਝਪਟ ਦੌਰਾਨ ਕੁਲਵੀਰ ਜੀਰਾ ਜ਼ਖਮੀ ਹੋਏ। ਕੁਲਵੀਰ ਜੀਰਾ ਵੱਲੋਂ ਇਲਜ਼ਾਮ ਲਗਾਏ ਗਏ ਕਿ ਪੁਲਿਸ ਦੀ ਮੌਜੂਦਗੀ ਵਿੱਚ ਹੀ ਉਹਨਾਂ ਉੱਪਰ ਹਮਲਾ ਹੋਇਆ ਹੈ। ਮੈਂ ਡੀਜੀਪੀ ਦਾ ਧਿਆਨ ਚ ਵੀ ਲਿਆਂਦਾ, ਲਾਅ ਐਂਡ ਆਰਡਰ ਡੀਜੀਪੀ ਦਾ ਧਿਆਨ ਚ ਲਿਆਂਦਾ, ਡੀਸੀ ਦਾ ਲਿਆਂਦਾ, ਐਸਐਸਪੀ ਦਾ ਧਿਆਨ ਚ ਲਿਆਂਦਾ ਕਿ ਇੱਟਾਂ ਰੋੜੇ ਤੇ ਉਹਨਾਂ ਕੋਲ ਅਸਲਾ ਹੈ, ਨਜਾਇਜ਼ ਅਸਲਾ, ਗੋਲੀਆਂ ਮਾਰਨਗੇ, ਸਿੱਧੀਆਂ ਜੇ ਅਸੀਂ ਕਾਗਜ਼ ਭਰਨਗੇ ਤਾਂ ਉਹਨਾਂ ਨੇ ਕਿਹਾ ਅਸੀਂ ਨਾਲ ਚੱਲਾਂਗੇ, ਪਰ ਵਾਰ ਵਾਰ ਧਿਆਨ ਦੇ ਵਿੱਚ ਲਿਆਉਂਦੇ ਬਾਵਜੂਦ ਵੀ ਆਹ ਕੁਛ ਹੋ ਰਿਹਾ। ਮੈਂ ਮੈਂਬਰ ਦੀ ਫਾਰਮ ਭਰਨ ਆਇਆ ਸੀਗਾ, ਫਾਇਲ ਕੁਲਵੀਰ ਸਿੰਘ ਜੀਰਾ ਦੇ ਨਾਲ ਸੀ ਕਿ ਜਦੋਂ ਘੰਟਾ ਚੌਂਕ ਦੇ ਵਿੱਚ ਪਹੁੰਚੇ ਤੇ ਇੱਕਦਮ ਉਧਰੋਂ ਹਮਲਾ ਹੋ ਗਿਆ ਤੇ ਫਿਰ ਇਲੈਕਸ਼ਨ ਦੀ ਨੋਮੀਨੇਸ਼ਨ ਦੀ ਪ੍ਰਕਿਰਿਆ ਚੱਲ ਰਹੀ ਸੀ ਜੀਰਾ ਸ਼ਹਿਰ ਦੇ ਵਿੱਚ। ਇੱਥੇ ਸਰਕਾਰੀ ਸਕੂਲ ਜਿਹੜਾ ਜੀਵਨ ਪਸੰਦ ਸਕੂਲ ਹੈ, ਇੱਥੇ 200 ਦੇ ਕਰੀਬ ਜਿਹੜੀ ਪੰਚਾਇਤਾਂ ਹੈਗੀਆਂ ਉਹਦੀ ਅੱਜ ਨੋਮੀਨੇਸ਼ਨ ਸੀਗੇ। ਇੱਥੇ ਦੋ ਗਰੁੱਪ ਸੀਗੇ ਜਿਹੜੇ ਕਿ ਆਲਰੇਡੀ ਲੋਕਲ ਪਾਰਟੀ ਆਪਣੇ ਐਮ ਐਲ ਏ ਹਨ ਆਪ ਦੇ ਅਤੇ ਉਹਨਾਂ ਦੇ ਸਪੋਰਟਰਸ ਅਤੇ ਜਿਹੜਾ ਦੂਜੇ ਐਕਸ ਐਮ ਐਲ ਏ ਕੁਲਵੀਰ ਜੀਰਾ ਦੇ ਉਹਨਾਂ ਦੇ ਸਪੋਰਟਰਸ ਵਿੱਚ ਥੋੜ੍ਹਾ ਜਿਹਾ ਆਪਸੀ ਇਹਨਾਂ ਦਾ ਤਕਰਾਰ ਹੋਇਆ ਸੀਗਾ, ਜੋ ਪੁਲਿਸ ਨੇ ਮੌਕੇ 'ਤੇ ਕਾਰਵਾਈ ਕਰਕੇ ਉਹਨਾਂ ਨੂੰ ਡਿਸਪਰਸ ਕਰਤਾ ਅਤੇ ਹੁਣ ਮੌਕਾ ਪੀਸ ਮਿਲਿਆ।